ਬਠਿੰਡਾ ਦੇ ਵਿੱਚ ਅਣਖ ਖਾਤਰ ਕਤਲ ਕਰ ਦਿੱਤਾ ਗਿਆ ਹੈ ਪ੍ਰੇਮੀ ਜੋੜੇ ਦਾ ਕਤਲ ਕੀਤਾ ਗਿਆ ਦੱਸਦੇ ਕਿ ਭਰਾਵਾਂ ਦੇ ਵੱਲੋਂ ਆਪਣੀ ਹੀ ਭੈਣ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੜਕਾ ਲੜਕੀ ਨੇ ਲਵ ਮੈਰਿਜ ਕਰਵਾਈ ਸੀ ਕੋਰਟ ਮੈਰਿਜ ਕਰਵਾ ਲਈ ਸੀ ਜਿਸ ਤੋਂ ਬਾਅਦ ਲੜਕਾ ਲੜਕੀ ਅਲੱਗ ਗਰਹਰੇ ਸਨ ਤੇ ਬੀਤੇ ਕੱਲ ਜਦੋਂ ਲੜਕਾ ਲੜਕੀ ਦੇ ਘਰ ਆ ਜਾਂਦਾ ਹੈ ਤਾਂ ਉੱਥੇ ਹੀ ਉਸਦੇ ਭਰਾਵਾਂ ਦੇ ਨਾਲ ਉਸ ਦਾ ਝਗੜਾ ਹੋ ਜਾਂਦਾ ਹੈ ਤੇ ਉੱਥੇ ਹੀ ਦੋਮਾਂ ਦਾ ਕਤਲ ਕਰ ਦਿੱਤਾ ਜਾਂਦਾ ਏ ਤਾਂ ਅਣਖ ਖਾਤਰ ਕਤਲ ਕੀਤਾ ਗਿਆ ਏ ਬਠਿੰਡਾ ਦੇ ਤੁੰਗ ਵਾਲੀ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲੜਕਾ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਤੇ ਲੜਕੀ ਜਿਹੜੀ ਹੈ ਉਹ ਨਰਸ ਸੀ ਦੋਹਾਂ ਨੇ ਲੋਕਡਾਊਨ ਦੇ ਦੌਰਾਨ ਆਪਸ ਦੇ ਵਿੱਚ ਲਵ ਮੈਰਿਜ ਕਰਵਾਈ ਸੀ ਅਦਾਲਤ ਦੇ ਵਿੱਚ ਜਾ ਕੇ ਵਿਆਹ ਵੀ ਕਰਵਾ ਲਿਆ ਸੀ ਪਰ ਪਰਿਵਾਰਿਕ ਮੈਂਬਰਾਂ ਨੂੰ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਜਿਸ ਤੋਂ ਬਾਅਦ ਲੜਕਾ ਤੇ ਲੜਕੀ ਨੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਸੀ ਕੁੜੀ ਆਪਣੇ ਘਰ ਰਹਿਣ ਲੱਗ ਪਈ ਸੀ ਕਰੀਬ 2 ਸਾਲ ਦਾ ਵਕਫਾ ਬੀਤ ਚੁੱਕਿਆ ਸੀ ਪਰ ਇਸ ਦੌਰਾਨ ਬੀਤੇ ਕੱਲ ਦੱਸਿਆ ਜਾ ਰਿਹਾ ਹੈ ਕਿ ਲੜਕਾ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਲੜਕੀ ਨੂੰ ਮਿਲਣ ਉਸ ਦੇ ਘਰ ਆ ਗਿਆ ਤੇ ਲੜਕੀ ਦੇ ਭਰਾ ਦੇ ਨਾਲ ਉਸ ਦਾ ਝਗੜਾ ਹੋ ਗਿਆ ਤੇ ਉਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਲੜਕੇ ਦੇ ਲੜਕੇ ਨੂੰ ਵੀ ਕਤਲ ਕਰ ਦਿੱਤਾ ਗਿਆ ਤੇ ਜਿਹੜੇ ਭਰਾ ਸੀਗੇ ਉਹਨਾਂ ਨੇ ਆਪਣੀ ਭੈਣ ਦਾ ਵੀ ਕਤਲ ਕਰ ਦਿੱਤਾ ਤਾ ਬਠਿੰਡਾ ਦੇ ਵਿੱਚ ਇਹ ਹਨਰ ਕਿਲਿੰਗ ਹੋਈ ਹੈ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਭਰਾਮਣ ਦੇ ਵੱਲੋਂ ਆਪਣੀ ਭੈਣ ਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਖੇਤਾਂ ਦੇ ਵਿੱਚ ਕਤਲ ਕੀਤਾ ਗਿਆ ਦਰਸਲ ਇਹ ਪਰਿਵਾਰ ਪਿੰਡ ਦੇ ਬਾਹਰ-ਬਾਰ ਰਹਿੰਦਾ ਸੀ ਲੜਕਾ ਪੁਲਿਸ ਦੇ ਵਿੱਚ ਕਾਂਸਟੇਬਲ ਸੀ ਜਦਕਿ ਲੜਕੀ ਨਰਸ ਵੱਜੋਂ ਤਾਇਨਾਤ ਸੀ ਤਾਂ ਬਠਿੰਡਾ ਦੇ ਤੁੰਗ ਵਾਲਾ ਤੇ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਲੜਕਾ ਲੜਕੀ ਨੇ ਕੋਟ ਮੈਰਿਜ ਕਰਵਾਈ ਸੀ ਲੜਕੀ ਆਪਣੇ ਘਰ ਆ ਗਈ ਸੀ ਤੇ ਜਦੋਂ ਕੱਲ ਪੁਲਿਸ ਦੇ ਵਿੱਚ ਜੋ ਕਾਂਸਟੇਬਲ ਲੱਗਿਆ ਲੜਕਾ ਉਸ ਨੂੰ ਮਿਲਣ ਲਈ ਤੁੰਗ ਵਾਲੀ ਆਉਂਦਾ ਤਾਂ ਉਸ ਦੌਰਾਨ ਝਗੜਾ ਹੋ ਜਾਂਦਾ ਤੇ ਲੜਕੀ ਦੇ ਭਰਾ ਦੇ ਵੱਲੋਂ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਏ ਜਗਮੀਤ ਸਿੰਘ ਕਾਰ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਸੀ ਇਲਜ਼ਾਮ ਇਹ ਨੇ ਕਿ ਉਹ ਨਸ਼ੇ ਦੇ ਵਿੱਚ ਸੀ ਤੇ ਜਦੋਂ ਉਹ ਲੜਕੀ ਦੇ ਘਰ ਪਹੁੰਚਦਾ ਏ ਤਾਂ ਲੜਕੀ ਦੇ ਪਰਿਵਾਰ ਦੇ ਨਾਲ ਉਸ ਦਾ ਝਗੜਾ ਹੋ ਜਾਂਦਾ ਤੇ ਉਸ ਦੇ ਭਰਾ ਉਸ ਦਾ ਕਤਲ ਕਰ ਦਿੰਦੇ ਨੇ ਤੇ ਆਪਣੀ ਭੈਣ ਦੀ ਵੀ ਹਤਿਆ ਕਰ ਦਿੰਦੇ ਨੇ ਦੱਸ ਦਈਏ ਕਿ ਗਵੰਡੀਆਂ ਦਾ ਕਹਿਣਾ ਹੈ ਕਿ ਲੜਕਾ ਨਸ਼ੇ ਦੇ ਵਿੱਚ ਸੀ ਤਾਂ 2 ਸਾਲ ਤੱਕ ਇਹ ਲੜਕਾ ਤੇ ਲੜਕੀ ਅਲੱਗ ਰਹਿੰਦੇ ਰਹੇ ਤੇ ਹੁਣ ਜਦੋਂ ਲੜਕਾ ਲੜਕੀ ਨੂੰ ਮਿਲਣ ਦੇ ਲਈ ਉਸ ਦੇ ਘਰ ਜਾਂਦਾ ਇਹ ਤਾਂ ਉਸ ਦੌਰਾਨ ਝਗੜਾ ਹੋ ਜਾਂਦਾ ਤੇ ਖੇਤਾਂ ਦੇ ਵਿੱਚ ਲਿਜਾ ਕੇ ਦੋਹਾਂ ਦਾ ਕਤਲ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਬਠਿੰਡਾ ਤੋਂ ਬਠਿੰਡਾ ਦਾ ਤੁੰਗ ਵਾਲੀ ਪਿੰਡ ਹੈ ਜਿੱਥੇ ਇਹ ਪੂਰੀ ਵਾਰਦਾਤ ਵਾਪਰੀ ਹੈ ਬੀਤੀ ਰਾਤ ਦੀ ਇਹ ਵਾਰਦਾਤ ਹੈ 8 ਤੋਂ 9 ਦੇ ਵਿਚਕਾਰ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇੱਕ ਲੜਕਾ ਲੜਕੀ ਨੂੰ ਮਿਲਣ ਗਿਆ ਸੀ ਦਰਅਸਲ ਉਹ ਆਪਣੀ ਪਤਨੀ ਨੂੰ ਮਿਲਣ ਗਿਆ ਸੀ ਕਿਉਂਕਿ 2 ਸਾਲ ਪਹਿਲਾਂ ਦੋਹਾਂ ਦੀ ਲਵ ਮੈਰਿਜ ਹੋਈ ਸੀ ਕੋਰਟ ਦੇ ਵਿੱਚ ਉਹਨਾਂ ਨੇ ਮੈਰਿਜ ਕਰਵਾਈ ਸੀ ਕੋਰਟ ਮੈਰਿਜ ਕਰਵਾਈ ਸੀ ਪਰ ਲੜਕੀ ਦੇ ਪਰਿਵਾਰ ਵਾਲੇ ਇਸ ਤੋਂ ਖਫਾ ਸੀ ਨਾਰਾਜ਼ ਸੀ ਜਿਸ ਕਰਕੇ ਲੜਕੀ ਅਲੱਗ ਰਹਿਣ ਲੱਗ ਗਈ ਸੀ ਆਪਣੇ ਘਰ ਆ ਕੇ ਰਹਿਣ ਲੱਗ ਗਈ ਸੀ ਲੜਕੇ ਨਾਲ ਨਹੀਂ ਸੀ ਰਹਿੰਦੀ ਪਰ ਬੀਤੇ ਕੱਲ ਜਦੋਂ ਲੜਕਾ ਆਪਣੀ ਪਤਨੀ ਨੂੰ ਯਾਨੀ ਕਿ ਉਸ ਲੜਕੀ ਨੂੰ ਮਿਲਣ ਉਸਦੇ ਘਰ ਜਾਂਦਾ ਤਾਂ ਲੜਕੀ ਦੇ ਭਰਾਵਾਂ ਦੇ ਨਾਲ ਉਸ ਦਾ ਝਗੜਾ ਹੋ ਜਾਂਦਾ ਝਗੜਾ ਇੰਨਾ ਵੱਧ ਜਾਂਦਾ ਏ ਕਿ ਆਪਣੀ ਭੈਣ ਦਾ ਵੀ ਕਤਲ ਕਰ ਦਿੰਦੇ ਨੇ ਅਤੇ ਉਸਦੇ ਪਤੀ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਅਣਖ ਖਾਤਰ ਕਤਲ ਕੀਤਾ ਗਿਆ ਦੋਰਾ ਕਤਲ ਕੀਤਾ ਗਿਆ ਬਠਿੰਡਾ ਦੇ ਤੁੰਗਵਾਲੀ ਦੇ ਵਿੱਚ ਜਿੱਥੇ ਭਰਾਵ ਦੇ ਵੱਲੋਂ ਆਪਣੀ ਭੈਣ ਅਤੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਭੈਣ ਨਰਸਵਜੋ ਤੈਨਾਤ ਸੀ ਜਦਕਿ ਉਸਦਾ ਪਤੀ ਜੋ ਉਹ ਕੌਨਸਟੇਬਲ ਸੀ ਪੁਲਿਸ ਦੇ ਵਿੱਚ ਤਾਂ ਦੋਹਾਂ ਦਾ ਕਤਲ ਕੀਤਾ ਗਿਆ ਇਹ ਬਠਿੰਡਾ ਦੇ ਤੁੰਗਵਾਲੀ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਅਣਖ ਖਾਤਰ ਦੋਰਾ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਖੇਤਾਂ ਦੇ ਵਿੱਚ ਲਿਜਾ ਕੇ ਭੈਣ ਨੂੰ ਮਾਰ ਦਿੱਤਾ ਗਿਆ ਉਸਦੇ ਪਤੀ ਨੂੰ ਵੀ ਮਾਰ ਦਿੱਤਾ ਗਿਆ ਇਹ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਜਿਹੜੀ ਹੈ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਘਰ ਦੇ ਵਿੱਚ ਹੁਣ ਸਿਰਫ ਗਵਾਨੀ ਨੇ ਪਰਿਵਾਰ ਵੀ ਨਹੀਂ ਹੈ ਤਾਂ ਦੋਹਾਂ ਦੀਆਂ ਮ੍ਰਿਤਕ ਰਿਆ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿਉਂਕਿ ਪਿੰਡ ਦੇ ਵਿੱਚ ਦੋਹਰਾ ਕਤਲ ਕੀਤਾ ਗਿਆ ਹੈ ਅਣਖਾਤਰ ਕਤਲ ਕਰ ਦਿੱਤਾ ਗਿਆ ਹੈ ਭਰਾ ਦੇ ਵੱਲੋਂ ਆਪਣੀ ਭੈਣ ਤੇ ਉਸਦੇ ਪਤੀ ਦਾ ਕਤਲ ਕੀਤਾ ਗਿਆ ਹੈ